लॉकडाउन कारण कामकाज ठप्प होने कारण जिथे लोग घरां विच बैठ सरकारां नूं कोस रहे हैं उत्थे ही कुछ लोगों वल्लों इस लॉकडाउन का पूरा फायदा चुक के चंगा मुनाफा भी कमाया जा रहा है। गुरदासपुर विच दो सके भरावां ने इस लॉकडाउन विच घर की छत उपर सब्जियां फलां अते फुलां दी काश्त शुरू की है अते घर की छत उपर ही पनीरी तैयार करके किसानां नूं वेच के वधिया मुनाफा भी कमा रहे हैं। उन्होंने दस्सिया कि वह इस बार विदेशी सब्जियां अते फलां दी काश्त भी कर रहे हैं अते उसकी पनीरी भी तैयार कर रहे हैं जो कि काफ़ी लाभदायक है। उन्होंने नौजवानों नूं अपील की है कि विदेश जाने की बजाय अपने देश विच ही सही ढंग नाल खेतीबाड़ी कर वधिया पैसे कमाए जा सकते हैं। इस संबंधी खास गलबात करदे गुरदासपुर वासी नितिन अते जतिन ने दस्या कि ओ एक फीड स्टोर चलाउंदे हन पर लॉकडाउन करके काम काज ठप्प होण करके उन्होंने घर की छत उपर ही सब्जियां की खेती करन की सोची अते यूट्यूब तो ट्रेस गार्डन बारे जानकारी हासिल की अते विदेशी सब्जियां अते फलां की खेती की। शुरू विच उन्होंने काफ़ी नुकसान होया पर हौली हौली जानकारी अनुसार वह काम करते गए अते अज वधिया मुनाफा भी कमा रहे हैं। ਈਵਨ ਕਿ ਹੁਣ ਤੁਸੀਂ ਟੈਰਸ 'ਤੇ ਕਰਨੀ ਹੈ ਟੈਰਸ ਲਈ ਅਸੀਂ ਬੜੇ ਆਪਸ਼ਨਸ ਆਉਂਦੀਆਂ ਨੇ ਗਰੋ ਬੈਗਸ ਆਉਂਦੇ ਨੇ ਜਿਹੜੇ ਈਜ਼ਲੀ ਮਾਰਕੀਟ 'ਚ ਅਵੇਲੇਬਲ ਹੋ ਜਾਂਦੇ ਆ। ਜੇ ਕਿਸੇ ਮੇਰੇ ਵੀਰ ਭਰਾ ਨੇ ਗਰੋ ਬੈਗਸ ਨਹੀਂ ਅਫੋਰਡ ਕਰਦਾ ਹਜੇ ਕਿ ਮੈਂ ਸਟਾਰਟਿੰਗ ਟ੍ਰਾਇਲ ਕਰਕੇ ਵੇਖਾਂ ਮੈਂ ਪੈਸੇ ਕਿਉਂ ਖਰਚ ਕਰਾਂ ਹਜੇ, ਅਤੇ ਉਹ ਘਰ ਤੋਂ ਹੀ ਜਿੱਦਾਂ ਸੀਮੈਂਟ ਵਾਲੀ ਬੋਰੀਆਂ ਹੁੰਦੀਆਂ ਜਾਂ ਬਾਲਟੀ ਹੁੰਦੀਆਂ ਉਹਨਾਂ 'ਚ ਗਰੋ ਕਰ ਸਕਦਾ। ਹਾਂ, ਤੁਸੀਂ ਟੈਰਸ 'ਤੇ ਕਰਨੀ ਹੈ, ਮੇਰਾ ਆਈਡੀਆ ਇਹੀ ਹੈ ਕਿ ਤੁਸੀਂ ਸੋਇਲ ਨਾਲ ਮਿਕਸ ਕਰੋ, ਕੋਕੋਪੇਟ ਵਰਮੀ ਅਤੇ ਨੀਮ ਖਾਦ ਮਿਕਸ ਕਰੇ ਜਿਹਦੇ ਕਰਕੇ ਲੈਂਟਰ 'ਤੇ ਭਾਰ ਵੀ ਨਾ ਪਵੇ ਅਤੇ ਤੁਸੀਂ ਸਬਜ਼ੀਆਂ ਗਰੋ ਕਰ ਸਕੋ। ਇਹ ਸਾਰੀ ਸਰ ਬਾਹਰ ਦੀ ਟੈਕਨੀਕ ਹੈ, ਜਿੱਦਾਂ ਮੈਂ ਵੀਡੀਓਜ਼ ਦਾ ਬਹੁਤ ਸ਼ੌਂਕ ਰੱਖਦਾ, ਮੈਂ ਯੂਟਿਊਬਰ ਕਰਦਾ ਰਹਿੰਦਾ ਸਰਵਿੰਗ, ਅਤੇ ਇੱਕ ਅਚਾਨਕ ਹੀ ਮੈਨੂੰ ਟੈਰਸ ਫਾਰਮਿੰਗ ਦੀ ਵੀਡੀਓ ਦੇਖੀ ਜਿਹਦੇ 'ਚ ਮੈਨੂੰ ਇੰਟਰਸਟਿੰਗ ਲੱਗਾ ਅਤੇ ਸਟੈਪ ਬਾਏ ਸਟੈਪ ਮੈਂ ਆਪਣੇ ਟੈਰਸ 'ਤੇ ਕੀਤਾ ਅਤੇ ਕਾਮਯਾਬੀ ਮਿਲੀ ਮੈਨੂੰ। ਤੋਂ ਮਿਲਿਆ ਪਹਿਲੇ ਤਾਂ ਨਹੀਂ ਤਾਂ ਸ਼ੌਪ 'ਚ ਬਿਜ਼ੀ ਰਹੀਦਾ ਸੀ, ਨਾ ਕੋਈ ਸਰਵਿੰਗ ਕਰਨ ਦਾ ਟਾਈਮ ਮਿਲਦਾ ਸੀ, ਅਤੇ ਲੋਕਡਾਊਨ 'ਚ ਥੋੜ੍ਹਾ ਟਾਈਮ ਮਿਲਿਆ ਅਤੇ ਫ੍ਰੀ ਸੀ ਅਤੇ ਵੀਡੀਓ ਸਰਵ ਕਰਦੇ ਗਏ ਅਤੇ ਅੱਜ ਇੱਥੇ ਪਹੁੰਚ ਗਿਆ। ਸੀਡ ਅਸੀਂ ਵੈਜੀਟੇਬਲ, ਫਲਾਵਰ ਸੀਡ, ਐਗਜ਼ੋਟਿਕ ਸੀਡ, ਔਰਨਾਮੈਂਟਲ ਸੀਡਸ ਸਾਰੇ ਸੀਡ ਅਸੀਂ ਪ੍ਰੋਵਾਈਡ ਕਰਦੇ ਹਾਂ। ਫਿਰ ਜਿੱਦਾਂ ਕੋਈ ਬਾਹਰ ਦੀ ਨਵੀਂ ਕਿਸਮਾਂ ਨੇ ਉਹ ਵੀ ਲੈ ਕੇ ਆ ਰਹੇ ਹਾਂ ਇੱਥੋਂ ਦੇ ਟੈਂਪਰੇਚਰ। ਹੁਣ ਜਿੱਦਾਂ ਸੁਣਨ 'ਚ ਆ ਰਿਹਾ ਡਰੈਗਨ ਫਰੂਟ, ਉਹ ਵੀ ਅਪਕਮਿੰਗ ਡੇਜ਼ 'ਚ ਅਸੀਂ ਪ੍ਰੋਵਾਈਡ ਕਰਵਾਵਾਂਗੇ ਆਪਣੇ ਸ਼ੋਪ 'ਤੇ। ਦੇਖੋ ਹੁਣ ਕਿਸਾਨਾਂ ਲਈ ਅਸੀਂ ਆਪਣਾ ਈਵਨ ਕਿ ਗਰੁੱਪ ਬਣਾਇਆ ਹੋਇਆ ਮੈਂ ਗਾਰਡਨ ਏਡ ਦੇ ਉੱਤੇ, ਜਿਹਦੇ 'ਚ 100 ਕਿਸਾਨ ਹੈਗਾ ਮੇਰੇ ਗਰੁੱਪ 'ਚ, ਜਿਹੜਾ ਸੈਟਿਸਫਾਈ ਆ ਮੇਰੇ ਕੋਲ ਸੀਡ ਗਰੋ, ਉਹ ਚੇਨ ਟੂ ਚੇਨ ਜੁੜਦੀ ਰਹਿੰਦੀ ਹੈ। ਦੇਖੋ ਅਗਰ ਤੁਸੀਂ ਜਿਹੜੀ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਇਹ ਸਾਰੀ ਔਰਗੈਨਿਕ ਖਾਦਾਂ ਨੇ, ਕੋਈ ਜ਼ਹਿਰੀਲੀ ਖਾਦ ਨਹੀਂ ਹੈ। ਈਵਨ ਕਿ ਬਹੁਤ ਸੇ ਐਕਸਪਰਟ ਡਾਕਟਰ ਕਹਿੰਦੇ ਨੇ ਕਿ ਯੂਰੀਆ ਦੀ ਵਰਤੋਂ ਨਾ ਕਰੋ, ਈਵਨ ਕਿ ਕਿਸਾਨ ਡੇ ਬਾਏ ਡੇ ਯੂਰੀਆ ਦੀ ਡੋਜ਼ ਵਧਾ ਰਿਹਾ। ਉਹ ਤਾਂ ਸਾਡੇ ਬੋਡੀ ਦੇਖੋ ਅੱਜ ਦੇ ਅਗਰ ਬੈਕ ਡੇਟ 'ਤੇ ਜਾਈਏ ਤਾਂ ਕਿੰਨੀ ਕੁ ਬਿਮਾਰੀਆਂ ਸੀ, ਅੱਜ ਦੀ ਡੇਟ 'ਚ ਨਵੀਂ ਤੋਂ ਨਵੀਂ ਬਿਮਾਰੀਆਂ ਆ ਰਹੀਆਂ ਨੇ। ਉਹ ਕਿਉਂ ਆ ਰਹੀਆਂ ਕਿ ਜ਼ਹਿਰੀਲਾ ਪਦਾਰਥ ਹੀ ਬਹੁਤ ਹੋ ਚੁੱਕਾ। ਦੇਖੋ ਸਬਜ਼ੀ ਤਾਂ ਉਹ ਜਦੋਂ ਅਸੀਂ ਠਾਣ ਲੈਣਾ ਸਬਜ਼ੀ ਸਾਰੀ ਗਰੋ ਕਰ ਸਕਦਾ, ਬਸ ਉਹਦਾ ਕੰਸੈਪਟ ਇਹ ਹੈ ਕਿ ਕਿੰਨਾ ਏਰੀਆ ਉਹਨੇ ਆਪਣਾ ਕਵਰਡ ਕਰਨਾ। ਜਹਾਂ ਇੱਕ ਚੀਜ਼ ਹੋਰ ਹੈ, ਨੈਕਸਟ ਈਅਰ ਅਸੀਂ ਇੱਕ ਹੋਰ ਕੰਸੈਪਟ ਲੈ ਕੇ ਆ ਰਹੇ ਹਾਂ, ਜਿੱਦਾਂ ਜੋਬ ਵਾਲੇ ਬੰਦਿਆਂ ਕੋਲ ਟਾਈਮ ਨਹੀਂ ਹੁੰਦਾ, ਉਹ ਆਪਣੀ ਟੈਰਸ 'ਤੇ ਪਰ ਟੈਰਸ ਫਾਰਮਿੰਗ ਕਰਨਾ ਚਾਹੁੰਦੇ, ਉਹ ਸਾਨੂੰ ਆ ਕੇ ਮਿਲਣ, ਅਸੀਂ ਕੰਸੈਪਟ ਤਿਆਰ ਕਰਕੇ ਦੇਵਾਂਗੇ ਉਹਨਾਂ ਨੂੰ, ਜਸਟ ਵਾਟਰਿੰਗ ਕਰਨੀ। ਦੇਖੋ ਮੈਂ ਦੇਖੋ ਸਾਰਾ ਅਸੀਂ ਅਗਰ ਇਲਜ਼ਾਮ ਅਸੀਂ ਗੌਰਮੈਂਟ ਦੇ ਉੱਤੇ ਸੁੱਟ ਦਾਂਗੇ ਤਾਂ ਉਹ ਵੀ ਗਲਤ ਹੈ, ਹੈ ਨਾ। ਸਭ ਕੁਝ ਸਾਡੇ ਉੱਪਰ ਡਿਪੈਂਡ ਹੈ, ਜੇ ਅਸੀਂ ਵੀ ਸਟੈਪ ਚੱਕਾਂਗੇ ਤਾਂ ਗੌਰਮੈਂਟ ਸਾਡਾ ਸਾਥ ਦੇਵੇਗੀ। ਇਹ ਚੀਜ਼ਾਂ ਸਰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਜਿਵੇਂ ਕਿ ਕੰਸੈਪਟ ਤਿਆਰ ਹੁੰਦਾ ਜਗ੍ਹਾ ਦੇਖ ਕੇ ਕਿੰਨਾ ਏਰੀਆ ਕਵਰ ਕਰਨਾ, ਬਾਕੀ ਜਿਹੜੀ ਸਟਾਰਟਿੰਗ ਹੈ ਤੁਸੀਂ 10-15 ਹਜ਼ਾਰ ਤੋਂ ਸਟਾਰਟ ਕਰ ਸਕਦੇ ਹੋ। ਨੌਜਵਾਨਾਂ ਨੂੰ ਅਪੀਲ ਇਹੀ ਹੈ ਜੀ, ਬਸ ਮੈਂ ਤਾਂ ਕਹਿੰਦਾ ਆਪਣਾ ਇੰਡੀਆ 'ਚ ਰਹੋ, ਇੰਡੀਆ ਨੂੰ ਸੁਧਾਰੋ। ਈਵਨ ਬਾਹਰ ਦੀ ਕੰਟਰੀ 'ਚ ਆ ਕੇ ਅਸੀਂ ਕੰਮ ਕਰਕੇ ਉਹਨਾਂ ਨੂੰ ਸੁਧਾਰ ਰਹੇ ਹਾਂ, ਆਪਣੇ ਇੰਡੀਆ 'ਚ ਰਹਿ ਕੇ ਆਪਣੀ ਕੰਟਰੀ ਲਈ ਕੁਝ ਕਰੋ। ਨਿਰਪੱਖ ਪੋਸਟ ਲਈ ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।